ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਦੇ ਵਿੱਚ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬਿਲਕੁਲ ਹੀ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਜੋ ਡਰਾਈਵਰ ਸੀ ਉਸਦੀ ਮੌਕੇ ਤੇ ਹੀ ਜਾਨ ਚਲੀ ਗਈ। ਹਾਲਾਂਕਿ ਹਾਦਸੇ ਦੀ ਵਜ੍ਹਾ ਕਾਰ ਦੀ ਓਵਰ ਸਪੀਡ ਦੱਸੀ ਜਾ ਰਹੀ ਹੈ, ਜਿਸ ਦੇ ਕਾਰਨ ਡਰਾਈਵਰ ਉਸਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਸਾਹਮਣੇ ਆ ਰਹੇ ਟਰੱਕ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ। ਮੌਕੇ ਤੇ ਜੋ ਸਥਾਨਕ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਅਕਸਰ ਇਸ ਸੜਕ ਦੇ ਉੱਤੇ ਹਾਦਸੇ ਵਾਪਰਦੇ ਰਹਿੰਦੇ ਨੇ, ਕਿੰਨੇ ਹੀ ਲੋਕ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਨੇ, ਪਰ ਪ੍ਰਸ਼ਾਸਨ ਦੇ ਵੱਲੋਂ ਇਸ ਸੜਕ ਦੇ ਉੱਤੇ ਭਾਰੀ ਗੱਡੀਆਂ ਤੇ ਪਾਬੰਦੀ ਨਹੀਂ ਲਗਾਈ ਜਾ ਰਹੀ, ਜਿਸ ਦੇ ਕਾਰਨ ਆਏ ਦਿਨ ਇੱਥੇ ਸੜਕ ਹਾਦਸੇ ਵਾਪਰ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ, ਜਿਸ ਦੇ ਵਿੱਚ ਕਾਰ ਸਵਾਰ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਦੂਜੇ ਪਾਸੇ ਜੋ ਸਥਾਨਕ ਲੋਕ ਨੇ ਉਹਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਵੀ ਭੜਾਸ ਕੱਢੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਸੜਕ ਦੇ ਉੱਤੇ ਜੋ ਹੈਵੀ ਗੱਡੀਆਂ ਨੇ ਉਹਨਾਂ ਦੀ ਐਂਟਰੀ ਬੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਆਏ ਦਿਨ ਇੱਥੇ ਵੱਡੇ ਸੜਕ ਹਾਦਸੇ ਵਾਪਰ ਸਕਦੇ ਨੇ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਰਾਹਗੀਰਜੋ ਨੇ ਉਹਨਾਂ ਨੇ ਮੌਕੇ ਦੇ ਉੱਤੇ ਕਾਰ ਦੇ ਵਿੱਚੋਂ ਜੋ ਕਾਰ ਸਵਾਰ ਸੀ ਉਸਨੂੰ ਬਾਹਰ ਕੱਢਿਆ, ਪਰ ਜਦੋਂ ਤੱਕ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਤਾਂ ਭਿਆਨਕ ਸੜਕ ਹਾਦਸਾ ਅੰਮ੍ਰਿਤਸਰ ਦੇ ਵਿੱਚ ਵਾਪਰਿਆ, ਜਿੱਥੇ ਕਿ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਡਿਆ ਸਾਂ ਜੀ, ਅਤੇ ਮੈਂ ਵੀ ਮੌਕੇ 'ਤੇ ਜਦੋਂ ਇੱਥੇ ਦੇਖਿਆ ਤਾਂ ਬਹੁਤ ਭਾਰੀ ਨੁਕਸਾਨ ਹੋਇਆ ਸੀ, ਕਾਫੀ ਵੱਡਾ ਨੁਕਸਾਨ ਹੋਇਆ ਸੀ। ਇਹ ਗੱਡੀ ਵਾਲਾ ਵੀਰ ਇੱਧਰੋਂ ਆਉਣ ਡਿਆ ਸੀ ਅਤੇ ਉੱਧਰੋਂ ਟਰੱਕ ਵਾਲਾ ਆਉਣ ਡਿਆ ਸੀ। ਟਰੱਕ ਵਾਲਾ ਤਾਂ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ, ਕਿਉਂਕਿ ਗੱਡੀ ਵਾਲਾ ਵੀਰ ਥੋੜ੍ਹਾ ਕੁ ਤੇਜ਼ ਸੀ। ਅੱਛਾ ਜੀ, ਅਤੇ ਤਦ ਕਰਕੇ ਬੇਟੀ ਡੈਥ ਹੋ ਗਈ। ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ? ਨਹੀਂ, ਮੈਂ ਥੋੜਾ ਪਿੱਛੇ ਜਾ ਜਿਆਦਾ। ਅੱਛਾ ਜੀ, ਹਾਂਜੀ, ਫਿਰ ਮੌਤ ਹੋ ਗਈ ਸੀ ਜਦੋਂ ਤੁਸੀਂ ਦੇਖਿਆ? ਹਾਂਜੀ ਵੀਰ ਜੀ, ਉਦੋਂ ਤਾਂ ਮੌਤ ਹੋ ਗਈ ਸੀ, ਉਦੋਂ ਕਾਫੀ ਜਾਣੇ ਇਕੱਠੇ ਹੋਏ ਤੇ ਫਿਰ ਮੈਂ ਉਹਨਾਂ ਵੀਰਾਂ ਦੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ? ਨਹੀਂ ਨਹੀਂ ਭਾਜੀ, ਪੁਲਿਸ ਤੇ ਉਹ ਭਾਜੀ ਅੱਧੇ ਘੰਟੇ ਬਾਅਦ ਪੁਲਿਸ ਆਈ, ਕਿਉਂਕਿ ਤਰਨਤਾਰਨ ਰੋਡ ਅੰਮ੍ਰਿਤਸਰ ਨੂੰ ਜਾਂਦਾ, ਠੀਕ ਹੈ, ਇੱਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ। ਭਾਈ ਰੋਡ ਵੇਖੋ ਤੁਸੀਂ, ਆ ਕੈਮਰੇ ਵਿੱਚ ਰੋਡ ਦਿਖਾਓ, ਠੀਕ ਹੈ, ਰੋਡ ਬਹੁਤ ਹੈਵੀ ਵਗਦਾ, ਬਹੁਤ ਬਹੁਤ ਜ਼ਿਆਦਾ, ਠੀਕ ਹੈ, ਅਸਲ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਾਈ, ਪਤਾ ਕਿਸੇ ਨੂੰ ਨਹੀਂ ਲੱਗਦਾ। ਮੇਰੀ ਗੱਲ ਸੁਣੋ, ਰੋਡ ਤੇ ਵਗਦਾ ਨਾ, ਜਿੰਨਾ ਵੀ ਮਾਲ ਗੱਡੀਆਂ ਵਾ, ਜਿੰਨੀਆਂ ਵੀ ਮਾਲ ਗੱਡੀਆਂ ਵਾ, ਆਹ ਰੋਡ ਤੇ ਆਉਂਦੀਆਂ ਵਾ, ਜਿਹੜਾ ਹਾਈਵੇ ਰੋਡ ਬਣਾਏ ਆ ਉਧਰ ਗੱਡੀਆਂ ਕੱਢਣ ਭਾਜੀ। ਇਹ ਆ ਗੱਡੀਆਂ ਰੋਡ ਜਿਹੜਾ ਐਕਸੀਡੈਂਟ ਹੋਇਆ, ਕਿਹੜੀ ਗੱਡੀ ਦਾ ਕਿਹਦੇ ਨਾਲ ਵੱਜਿਆ ਇਹ ਐਕਸੀਡੈਂਟ? ਲੱਗਾ ਹੋਇਆ ਪਿੱਛੇ, ਅੱਛਾ, ਗੱਡੀ 150 ਦੀ ਸਪੀਡ ਦੇ ਵਿੱਚ ਨਾਲ ਓਵਰਟੇਕ ਹੋ ਗਿਆ, ਗੱਡੀ ਵੱਜੀ ਆ ਨਾਲ, ਤੇ ਗੱਡੀ ਵਿੱਚ ਕਿੰਨੇ ਜਣੇ ਕੁਝ ਪਤਾ ਲੱਗਿਆ? ਕੋਈ ਇੱਕ ਬੰਦਾ ਹੀ ਬੰਦਾ ਇਕੱਲਾ? ਹਾਂਜੀ ਵੀਰ ਜੀ, ਗੱਲ ਇਦਾਂ, ਆਈਡੀਆ ਆ ਨਹੀਂ ਰਹੀ, ਹਾਈਵੇ ਰੋਡ ਆ ਵੱਡੇ ਭਾਜੀ, ਇਹ ਹਾਈਵੇ ਰੋਡ ਆ, ਤੇ ਹਾਈਵੇ ਰੋਡ ਤੇ ਭਾਜੀ ਗੱਡੀਆਂ ਵੱਧ ਸਪੀਡ ਤੇ ਚੱਲਣ ਡੀਆਂ, ਆ ਜਿਹੜਾ ਨੁਕਸਾਨ ਹੋਇਆ ਵੱਧ ਸਪੀਡ ਦੇ ਕਰਕੇ ਨੁਕਸਾਨ ਹੋਇਆ, ਠੀਕ ਹੈ ਜੀ। ਅਸੀਂ ਖੁਦ ਡਰਾਈਵਰ ਭਾਜੀ, ਵੱਡਾ ਮੈਂ ਟਰੱਕ ਡਰਾਈਵਰ ਹਾਂ ਜੀ ਜੀ, ਤੇ ਦੇਖੋ ਮੇਰੀ ਗੱਲ ਸੁਣੋ, ਉਹ ਗੱਡੀ ਆਪ ਤੁਸੀਂ ਖੁਦ ਜਾਜਾ ਜਾਜ ਲਓ, ਉਹਦੀ ਸਾਈਡ ਵੇਖੋ ਤੇ ਗੱਡੀ ਵੇਖੋ ਕਿੱਥੇ ਵੱਜੀ ਆ ਗਈ ਜੀ ਜੀ ਭਾਜੀ।